ਪਾਪਰਾ ਐਕਟ ਲੋਕਾਂ ਨੂੰ ਸਿਰਫ ਇੰਨਾ ਸਮਝ ਆਉਂਦਾ ਜੇ ਅਸੀਂ ਪਲਾਟ ਲਿਆ ਸੀਗਾ, ਮੇਰਾ ਬਾਪੂ ਰਿਟਾਇਰ ਹੋਇਆ ਸੀਗਾ, ਜਿੰਨੇ ਪੈਸੇ ਮਿਲੇ ਸੀ ਫਲਾਨੀ ਕਲੋਨੀ 'ਚ ਲਾ ਤੇ, ਬਾਅਦ 'ਚ ਪਤਾ ਲੱਗਿਆ ਕਲੋਨੀ ਇਲੀਗਲ ਆ। ਉਹਦਾ ਕਲੋਨੀ ਕੋਈ ਲੀਡਰ ਸੀਗਾ ਜਾਂ ਲੀਡਰ ਦੀ ਸ਼ਹਿ ਨਾਲ ਸੀ ਬੰਦਾ, ਉਹ ਕਲੋਨੀ ਕੱਟ ਕੇ ਚਲਾ ਗਿਆ ਜੀ। ਬਾਅਦ ਦੇ ਵਿੱਚ ਜਦੋਂ ਉਸ ਕਲੋਨੀ ਵਾਸਤੇ ਮੀਟਰ ਲਵਾਉਣ ਗਏ ਤਾਂ ਕਹਿੰਦੇ ਤਾਂ ਕਲੋਨੀ ਇਲੀਗਲ ਆ। ਜਦੋਂ ਸੀਵਰੇਜ ਦਾ ਪਾਣੀ ਦੀ ਗੱਲ ਕੀਤੀ ਕਹਿੰਦੇ ਕਲੋਨੀ ਇਲੀਗਲ ਹੈ। ਜਦੋਂ ਲਾਈਟਾਂ ਦੀ ਗੱਲ ਕਹਿੰਦੇ ਕਲੋਨੀ ਇਲੀਗਲ ਹੈ। ਕਹਿੰਦੇ ਜੀ ਸਾਡੇ ਪੈਸੇ ਤਾਂ ਲੀਗਲ ਸੀਗੇ, ਸਾਡੇ ਪੈਸੇ ਤਾਂ ਨਕਲੀ ਨਹੀਂ ਸੀ ਨਾ, ਜੇ ਕਲੋਨੀ ਨਕਲੀ ਹੈ ਅਸੀਂ ਕਿੱਥੇ ਪੈਸੇ ਲਾਤੇ? ਫਿਰ ਬੰਦੇ ਨਾਲ ਗੱਲ ਕਰੋ, ਉਹ ਬੰਦਾ ਕੀ ਕਰਦਾ ਸੀਗਾ ਜੀ? ਮੇਰੇ ਕੋਲ ਰਿਕਾਰਡ ਪਿਆ, ਉਹ ਬੰਦਾ ਲੀਡਰਾਂ ਦੇ ਗੱਲ ਪਾ ਜਾਂਦਾ ਸੀਗਾ ਜੀ, ਕਲੋਨੀ ਵਾਲਿਆਂ ਨੂੰ ਵੀ ਉਹਨਾਂ ਤੋਂ ਕਰਾ ਲਓ ਵੋਟਾਂ ਵੇਲੇ। ਵੋਟਾਂ ਵੇਲੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ, ਇਹਨਾਂ ਨੂੰ ਵੀ ਪਤਾ ਹੀ ਹੈ ਵੀ ਸਾਰਾ ਕੁਛ ਇਲੀਗਲ ਹੋ ਜਾਂਦਾ। ਫਿਰ ਤਾਂ ਕਿਵੇਂ ਐਂ ਕਿਵੇਂ ਹੋ ਗਈ ਇਲੀਗਲ, ਅਸੀਂ ਕਰਾ ਦਾਂਗੇ ਲੀਗਲ, ਐਂ ਕੰਮ ਚੱਲਦਾ ਰਿਹਾ ਜਨਾਬ। ਮੇਰੇ ਕੋਲ ਤਿੰਨ, ਮੈਂ ਜਦੋਂ ਇਹ ਫੈਸਲਾ ਕਰਨਾ ਸੀ, ਮੈਂ ਕੋਈ ਐਂ ਕੋਈ ਮੈਂ ਬੱਚਾ ਨਹੀਂ ਹੈਗਾ, ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹੁਣ। ਐਲਓਪੀ ਸਾਹਿਬ ਸੁਣ ਲਿਓ, ਮੈਂ ਕੋਈ ਇਨਐਕਸਪੀਰੀਅੰਸ ਨਹੀਂ ਹੈਗਾ ਹੁਣ, ਮੈਂ ਐਕਸਪੀਰੀਅੰਸ ਹਾਂ। ਦੇਸ਼ ਦੇ ਟੌਪ 5 ਐਕਸਪੀਰੀਅੰਸ ਮੁੱਖ ਮੰਤਰੀਆਂ ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਆਉਂਦਾ। ਐਵੇਂ ਨਾ ਸਮਝਿਆ ਕਰੋ ਤੂੰ ਚੱਲ ਤੂੰ ਕੀ ਹੋਇਆ, ਇਹ ਤੁਹਾਡੀਆਂ ਆਪਣੀਆਂ, ਇਹਦਾ ਮੈਂ ਕੁਛ ਨੀ ਕਰ ਸਕਦਾ, ਇਹਦਾ ਮੈਂ ਕੁਛ ਨੀ ਕਰ ਸਕਦਾ। ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਜੀ ਉਹਨਾਂ ਦਾ? ਉਹ ਬਣ ਵੀ ਨੀ ਸਕਦੇ ਸਰ, ਪਜਾਮੀਆਂ ਹੀ ਰਹਿ ਜਾਣਗੀਆਂ ਬਸ। ਸੋ ਗੱਲ ਕੀ, ਮੈਂ ਇਲੀਗਲ ਕਲੋਨੀਆਂ ਕੱਟਤੀਆਂ, ਲੀਡਰਾਂ ਦੇ ਗੱਲ ਪਾ ਗਏ, ਅਗਲੀ ਵਾਰ ਫੇਰ ਆਪਾਂ ਆ ਗਏ, ਫੇਰ ਪਾ ਗਏ। ਮੈਂ ਜਦੋਂ ਸਾਰਾ ਮੰਗਾਇਆ ਪਿਛਲੀ 3 ਵਾਰ ਤੋਂ ਇਲੀਗਲ ਕਲੋਨੀਆਂ ਨੂੰ ਰੈਗੂਲਾਈਜ਼ ਕੀਤਾ ਗਿਆ ਹੈ, 3 ਵਾਰ, ਔਰ ਹਰ ਵਾਰ ਸਿਰਫ ਥੱਲੇ ਵਾਲੀ ਲਾਈਨ ਪੜ੍ਹੋ, ਥੱਲੇ ਲਿਖਿਆ ਹੋਇਆ ਇਟ ਵਿਲ ਨੈਵਰ ਹੈਪਨ ਅਗੇਨ, ਅੱਗੇ ਤੋਂ ਨਹੀਂ ਕਰਾਂਗੇ। ਬਸ ਅਗਲੇ ਸਾਲ ਫੇਰ ਕਰ ਦਿੰਦੇ ਨੇ, ਅਗਲੀ ਵਾਰ ਫੇਰ ਕਰ ਦਿੰਦੇ ਨੇ। ਮੈਂ ਕਿਹਾ ਯਾਰ ਇਹ ਕੀ ਹੈ? ਕਹਿੰਦੇ ਇਹ ਤਾਂ ਹੁਣ ਕੀ ਕਰੀਏ ਜੀ, ਇਹ ਤਾਂ ਹੀ ਹੈ ਜੀ। ਇਹਨਾਂ ਦੇ 2 ਸੀਗੇ, ਇੱਕ ਕੈਪਟਨ ਸੀ, ਇੱਕ 3 ਕੁ ਮਹੀਨਿਆਂ ਬਾਅਦ ਹੋਰ ਆਇਆ ਸੀ ਇੱਕ, ਉਹ ਅੱਡ ਕਰ ਗਿਆ ਆਪਦੇ ਫੈਸਲੇ ਉਦੋਂ। ਅੱਜ ਮੈਂ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ, 18 ਚਿੱਠੀਆਂ ਮੈਨੂੰ ਪਾਈਆਂ, 17 ਤੁਹਾਨੂੰ ਪਾਈਆਂ, 16 ਇਹਨਾਂ ਨੂੰ ਪਾਈਆਂ। ਨਹੀਂ, ਲੈਟ ਮੀ ਸਪੀਕ ਸਰ, ਲੈਟ ਮੀ ਸਪੀਕ ਸਰ, ਲੈਟ ਮੀ ਸਪੀਕ ਸਰ, ਸਰ ਲੈਟ ਮੀ ਸਪੀਕ। ਹੋ ਸਕਦਾ ਉਹ ਚਿੱਠੀ ਤੁਹਾਡੀ, ਹੋ ਸਕਦਾ ਤੁਹਾਡੀ ਚਿੱਠੀ ਚ ਮਜ਼ਬੂਨ ਹੋਵੇ, ਹੋ ਸਕਦਾ ਤੁਹਾਡੀ ਚਿੱਠੀ ਚ ਮਜ਼ਬੂਨ ਹੋਵੇ ਕਿ NOC ਕਲੀਅਰ ਕਰੋ, ਸੋ ਲੈਟ ਮੀ ਸਪੀਕ। ਹੋ ਸਕਦਾ ਮਜ਼ਬੂਨ ਹੋਵੇ ਤੁਹਾਡੀਆਂ ਚਿੱਠੀਆਂ, ਕੈਪਟਨ ਅਮਰਿੰਦਰ ਤਾਂ ਪਾਉਂਦਾ ਰਿਹਾ ਡਸਟਬਿਨ ਚ, ਤੇ ਤੁਸੀਂ ਸਾਡੀਆਂ ਵਾਲੀਆਂ ਗਿਣਦੇ ਰਹਿੰਦੇ ਹੋ। ਤੁਸੀਂ ਕਿੰਨੀਆਂ ਲਿਖੀਆਂ ਕੈਪਟਨ ਨੂੰ?
ਕੈਪਟਨ ਨੂੰ ਕਿੰਨੇ ਲਿਖੀ ਹੈ ਪਹਿਲਾਂ? ਕੈਪਟਨ ਨੇ ਕੀ ਕਿਹਾ ਸੀਗਾ ਪਬਲਿਕ ਚ? ਕਿਹਾ ਸੀ ਕੈਪਟਨ ਨੇ ਕਿ ਬਾਜਵਾ ਮੈਨੂੰ ਚਿੱਠੀ ਲਿਖਦਾ ਰਹਿੰਦਾ, ਮੈਂ ਡਸਟਬਿਨ ਚ ਪਾ ਦਿੰਦਾ। ਸਤਾਰਾਂ ਤੁਹਾਨੂੰ ਲਿਖਦੇ, ਅਠਾਰਾਂ ਮੈਨੂੰ ਲਿਖਦੇ, ਆਹੀ ਕੰਮ ਹੈ ਇਹਨਾਂ ਨੂੰ, ਹੋਰ ਕੋਈ ਕੰਮ ਹੀ ਹੈ ਨੀ ਇਹਨਾਂ ਨੂੰ। ਲੈਟ ਹਿਮ ਸਪੀਕ, ਲੈਟ ਹਿਮ ਸਪੀਕ, ਲੈਟ ਹਿਮ ਸਪੀਕ, ਲੈਟ ਹਿਮ ਸਪੀਕ, ਲੈਟ ਹਿਮ। ਹੱਦ ਹੈ ਜੋ ਕੁਝ ਵੀ ਚੇਅਰ ਦੀ ਆਗਿਆ ਤੋਂ ਬਿਨਾਂ ਕਿਹਾ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ। ਯੈਸ ਸੀ ਐਮ ਸਾਹਿਬ, ਚੇਅਰ ਨੂੰ ਅਡਰੈਸ ਕਰੋ ਪਲੀਜ਼ ਜੀ। ਹੋ ਸਕਦਾ ਕੋਈ ਮਜ਼ਮੂਨ ਐਨ ਓ ਸੀ ਵਾਲਾ ਵੀ ਹੋਵੇ, ਜਿਹੜੀਆਂ ਅਠਾਰਾਂ ਮੈਨੂੰ ਲਿਖੀਆਂ, ਸਤਾਰਾਂ ਤੁਹਾਨੂੰ ਲਿਖੀਆਂ, ਇਹਨਾਂ ਦੀ ਪੜ੍ਹਦਾ ਕੌਣ ਹੈ ਇਹਨਾਂ ਦੀਆਂ? ਜੇ ਇਹਨਾਂ ਨੇ ਇਹਨਾਂ ਦੇ ਆਪਦੇ ਪ੍ਰਧਾਨ ਨੇ ਕਿਹਾ ਸੀ ਮੈਂ ਉਹਦੀਆਂ ਚਿੱਠੀਆਂ ਨੂੰ ਡਸਟਬਿਨ ਚ ਪਾ ਦਿੰਦਾ। ਤੜਕੇ ਉੱਠ ਕੇ ਅਖਬਾਰ ਪੜ੍ਹਦੇ ਆ ਸਰ, ਇਹ ਜਿਹੜੀ ਨੈਗੇਟਿਵ ਖਬਰ ਲੱਗੀ ਹੋਵੇ ਉਹਨੂੰ ਟੈਗ ਕਰਕੇ ਟਵੀਟ ਕਰ ਦਿੰਦੇ ਆ, ਭਗਵੰਤ ਮਾਨ ਨੂੰ ਗਾਲਾਂ। ਬਸ ਕੋਈ ਕੰਮ ਚੰਗਾ ਕਰਤਾ ਹੋਵੇ, ਨਾ ਨਾ ਨਾ, ਇਹ ਕੰਮ ਚੰਗਾ ਥੋੜੀ, ਭਗਵੰਤ ਮਾਨ ਨੂੰ ਗਾਲਾਂ। ਬਸ ਹੋਰ ਕੋਈ ਕੰਮ ਨਹੀਂ। ਮੈਂ ਕਹਿੰਦਾ ਕਿ ਆਹ ਜਿਹੜਾ ਅੱਜ ਬਿੱਲ ਲੈ ਕੇ ਆਇਆ, ਕਿੰਨੇ ਲੋਕਾਂ ਦੇ ਪੈਸੇ ਜਨਾਬ ਜੀ, ਉਦੋਂ ਵੱਧ ਪੈਸੇ ਨਹੀਂ ਕਮਾ ਸਕਦੇ ਹੋ? ਆਪਦੀ ਜ਼ਿੰਦਗੀ ਜਿੰਨੀ ਕਮਾਈ ਸੀਗੀ ਉਹਨਾਂ ਨੇ ਲਾਤੀ। ਤੇ ਅਸੀਂ ਹੁਣ 31 ਜੁਲਾਈ ਵਾਲਾ ਫੈਸਲਾ ਕਿਉਂ ਲਿਆ? ਮੈਂ ਡਿਟੇਲ ਦੱਸਦਾ। ਮੈਂ ਲਿਆ ਫੈਸਲਾ 31 ਜੁਲਾਈ ਵਾਲਾ। ਅਫਸਰ ਬੈਠੇ, ਅਫਸਰ ਬੈਠੇ, ਚੀਫ ਸੈਕਟਰੀ ਸਾਹਿਬ ਬੈਠੇ, ਬੀ ਕੇ ਸਿੰਘ ਬੈਠੇ, ਕੈਪ ਸੈਨਾ ਬੈਠੇ। ਮੈਨੇ ਕਿਹਾ ਕਬ ਕਰੇਂਗੇ ਯੇ ਕਾਮ? ਮੈਂ ਕਿਹਾ ਅਭੀ। ਮੈਂ ਕਿਹਾ ਫਿਰ ਜੇ ਆਪਾਂ ਅੱਜ ਕਰਤਾ ਅਨਾਊਂਸ, ਇਹਦਾ ਮਤਲਬ ਇਹ ਹੋਜੂਗਾ, ਇਹ ਗੱਲ ਹੈਗੀ ਹੈ ਸਰ ਕੋਈ 15 ਅਗਸਤ ਦੇ ਨੇੜੇ ਤੇੜੇ ਦੇ। ਮੈਂ ਕਿਹਾ ਜੀ ਆਪਾਂ ਅੱਜ ਅਨਾਊਂਸ ਕਰਤਾ ਕਿ 2 ਨਵੰਬਰ ਤੱਕ ਰਜਿਸਟਰੀਆਂ ਕਰਾ ਲਓ, ਜਾਂ ਜਿਨ੍ਹਾਂ ਦੀਆਂ ਬਿਆਨੇ ਦਿੱਤੇ ਹੋਏ ਨੇ ਜਾਂ ਜਿਹੜੇ ਰਹਿੰਦੇ ਨੇ, 2 ਨਵੰਬਰ ਤੱਕ ਲੀਗਲ। ਇਹ ਨਾ ਹੋਵੇ ਕਿ ਅੱਜ ਤੋਂ ਬਾਅਦ 2 ਨਵੰਬਰ ਤੱਕ ਲੋਕ ਇਹ ਸਮਝ ਲੈਣ ਕਿ ਇਲੀਗਲ ਕਲੋਨੀਆਂ ਕੱਟਣ ਦਾ ਟਾਈਮ ਆ ਗਿਆ, 1.5 ਮਹੀਨੇ ਚ ਹੋਰ ਇਲੀਗਲ ਕਲੋਨੀਆਂ ਕੱਟ ਦੋ, 2 ਨਵੰਬਰ ਤੱਕ ਸਾਰਾ ਕੁਛ ਲੀਗਲ ਹੈ। ਮੈਂ ਕਿਹਾ ਵੀ ਕੰਮ ਕਰਦੇ ਹਾਂ, 10 ਦਿਨ ਪਹਿਲਾਂ 31 ਜੁਲਾਈ ਨੂੰ ਫਾਈਨਲ ਕਰਦੇ ਹਾਂ, 31 ਜੁਲਾਈ ਤੱਕ 10% ਬਿਆਨਾ ਬੈਂਕ ਦੇ ਦੁਆਰਾ ਦਿੱਤਾ ਹੋਇਆ, ਅਸਟਾਮ ਖਰੀਦਿਆ ਹੋਇਆ 31 ਜੁਲਾਈ ਤੋਂ ਪਹਿਲਾਂ ਦਾ। ਜੇ ਤਾਂ ਰਜਿਸਟਰੀ ਹੋ ਗਈ ਤਾਂ ਵੀ ਠੀਕ ਹੈ, ਨਹੀਂ ਹੋਈ ਤਾਂ 2 ਨਵੰਬਰ ਮੈਂ ਤਾਂ ਚੁਣਿਆ ਸਰ, 1 ਅਕਤੂਬਰ ਨੂੰ ਝੋਨਾ ਆ ਜਾਂਦਾ, 20 ਅਕਤੂਬਰ 25 ਅਕਤੂਬਰ ਤੱਕ ਆੜਤੀਆ ਪੈਸੇ ਦੇ ਦਿੰਦਾ। ਜੇ ਕਿਸੇ ਦੇ ਪੈਸੇ ਰਹਿ ਗਏ ਨਾ, ਉਹ 2 ਨਵੰਬਰ ਤੋਂ ਪਹਿਲਾਂ ਲੈ ਲੂਗਾ, ਆਪਦੀ ਰਜਿਸਟਰੀ ਕਰਾ ਲੇ, ਉਸ ਤੋਂ ਬਾਅਦ ਉਹਦੀ ਜ਼ਮੀਨ ਜਿਹੜੀ ਹੈ ਉਹਨੂੰ ਮੀਟਰ ਵੀ ਮਿਲੂਗਾ, ਉਹਨੂੰ ਸਾਰਾ ਕੁਛ ਲੀਗਲ ਹੋਊਗਾ, ਸਭ ਕੁਛ ਹੋਊਗਾ। ਪਰ 31 ਜੁਲਾਈ ਤੋਂ ਬਾਅਦ ਵਾਲਾ ਨਹੀਂ ਹੋਊਗਾ ਕੋਈ। ਉਹਦੇ ਵਾਸਤੇ ਅਸੀਂ ਕੀ ਕੀਤਾ ਸਰ, 31 ਜੁਲਾਈ ਤੋਂ ਬਾਅਦ ਨਾ ਹੋਵੇ, ਅਸੀਂ ਕੀ ਕੀਤਾ, ਕਲਰ ਕੋਡਿੰਗ ਕਰਤੀ, ਆਊਟ ਆਫ ਦਾ ਬਾਕਸ ਆਈਡੀਆ। ਭਗਵੰਤ ਮਾਨ 17.5 ਸਾਲ ਦਾ ਜਦੋਂ ਹੋਇਆ ਸੀਗਾ ਤਾਂ ਉਹਨੂੰ ਸਾਰੀ ਦੁਨੀਆ ਨੇ ਸਿਰਫ ਇੱਕ ਗੱਲ ਕਰਕੇ ਪਛਾਣ ਲਿਆ ਸੀ, ਯਾਰ ਇਹ ਬੰਦਾ ਗੱਲ ਕੀ ਕਰ ਰਿਹਾ, ਕਿਉਂਕਿ ਉਹਨੇ ਕਿਹਾ ਸੀ ਕੁਲਫੀ ਗਰਮਾ ਗਰਮ, ਕੁਲਫੀ ਠੰਡੀ ਠਾਰ ਨਹੀਂ ਸਰ, ਉਹਨੇ ਹੋਰ ਤਰੀਕੇ ਨਾਲ ਸੋਚਿਆ ਸੀ ਕੁਲਫੀ ਨੂੰ। ਮੈਂ ਵੀ ਕਹਿੰਦਾ ਆਊਟ ਆਫ ਦਾ ਬਾਕਸ ਆਈਡੀਆ ਸੋਚੋ। ਅਸੀਂ ਕੀਤਾ ਕਲਰ ਕੋਡਿੰਗ ਆਫ ਅਸਟਾਮ ਪੇਪਰਸ, ਕਲਰ ਕੋਡਿੰਗ। ਅੱਜ ਸਾਰੀ ਦੁਨੀਆ ਇਸ ਗੱਲ ਨੂੰ ਲਾਈਕ ਕਰ ਰਹੀ ਹੈ ਕਿ ਕਿਵੇਂ ਕੀਤਾ ਹੈ, ਮੈਨੂੰ ਕਈ ਸੂਬਿਆਂ ਦੇ ਮੁੱਖ ਮੰਤਰੀ ਪੁੱਛ ਰਹੇ ਸਰ ਇਹ ਕਿਵੇਂ ਕੀਤਾ। ਮੈਂ ਦੱਸਦਾ
ਸਰ ਜੇ ਕਿਸੇ ਵਪਾਰੀ ਨੇ ਪਹਿਲਾਂ ਆਉਣਾ ਹੁੰਦਾ ਸੀ ਇੱਥੇ ਪੰਜਾਬ 'ਚ ਇਹਨਾਂ ਦੀ ਸਰਕਾਰ ਹੁੰਦੀ ਸੀ ਤਾਂ ਉਹ ਰਾਜਪੁਰੇ ਕੋਲ 40 ਕਿੱਲੇ ਲੈ ਲੈਂਦਾ ਸੀ ਚਲੋ 4 ਕਰੋੜ ਨੂੰ ਕਿੱਲਾ ਮਿਲ ਗਿਆ 160 ਕਰੋੜ ਨੂੰ ਉਹਨੇ 40 ਕਿੱਲੇ ਲੈ ਲਏ ਉਹ ਤੋਂ ਬਾਅਦ CLU ਕੋਲ ਜਾਂਦਾ ਸੀ CLU ਕਹਿੰਦੇ ਐ ਕਿ ਨਹੀਂ ਏਦਾਂ ਕਿਵੇਂ ਲਾ ਲੈਂਗਾ ਤੂੰ ਫੈਕਟਰੀ 4-5 ਮਹੀਨੇ CLU ਨਹੀਂ ਮਿਲਦੀ ਸੀ ਸਰ ਉਹ ਫਿਰ ਇਧਰੋਂ ਉਧਰੋਂ ਕੁਛ ਜੁਗਾੜ ਕਰਕੇ ਫਿਰ CLU ਲੈਂਦਾ ਸੀ CLU ਮਿਲ ਜਾਂਦਾ ਸੀ ਤਾਂ ਫਿਰ ਉਹ ਸੋਚਦਾ ਸੀ ਹੁਣ ਫੈਕਟਰੀ ਲੱਗ ਜੂ ਜਦੋਂ ਹੀ ਥੋੜਾ ਫੈਕਟਰੀ ਦੇ ਨੇੜੇ ਤੇੜੇ ਜਾਂਦਾ ਸੀ ਫੋਰੈਸਟ ਵਾਲੇ ਆ ਜਾਂਦੇ ਸੀ ਹੈ ਕਿਵੇਂ ਇੱਧਰ ਕਿੱਧਰ ਫਿਰਦਾ ਸਾਡੇ ਕੋਲ ਫੋਰੈਸਟ ਵਾਲਿਆਂ ਕੋਲ ਜਾਂਦਾ ਸੀ ਜੀ 2 ਮਹੀਨੇ ਫੋਰੈਸਟ ਵਾਲੇ ਲਾਉਂਦੇ ਸੀ ਫੋਰੈਸਟ ਤੋਂ ਕਲੀਅਰੈਂਸ ਮਿਲਦੀ ਸੀ ਨਾਲ ਹੀ ਫਿਰ ਪੋਲੂਸ਼ਨ ਵਾਲੇ ਆ ਜਾਂਦੇ ਸੀਗੇ ਜੀ ਐ ਕਿਵੇਂ ਇੱਧਰ ਕਿੱਧਰ ਸਾਡੇ ਨਾਲ ਗੱਲ ਕਰ ਦੱਸ ਕਿੰਨੇ ਲਗਭਗ 1.5 ਸਾਲ ਉਹਨੂੰ ਸਾਰੀਆਂ ਪਰਮਿਸ਼ਨਸ ਲੈਣ ਨੂੰ ਲੱਗ ਜਾਂਦਾ ਸੀ ਉਹਦਾ 160 ਕਰੋੜ ਸਟੱਕ ਪਿਆ ਰਹਿੰਦਾ ਸੀ ਕੋਈ ਇੱਕ ਇੱਟ ਵੀ ਨਹੀਂ ਲੱਗਦੀ ਸੀਗੀ ਫੈਕਟਰੀ ਨੂੰ ਤੇ ਉਹ ਬੰਦਾ ਕਹਿੰਦਾ ਸੀ ਯਾਰ ਇਹਦੇ ਨਾਲ ਤਾਂ ਯਾਰ ਵੇਚ ਹੀ ਦਿੰਦੇ ਜ਼ਮੀਨ ਹੀ ਵੇਚ ਦਿੰਦੇ ਜ਼ਮੀਨ ਹੀ ਮਹਿੰਗੀ ਹੋ ਗਈ ਹੋਣੀ ਨਹੀਂ ਤਾਂ ਚਲੋ ਵੇਚ ਹੀ ਚੱਲਦੇ ਹਾਂ ਯਾਰ ਇੱਥੇ ਕਿੱਥੇ ਚੱਲਦੇ ਅਸੀਂ ਕੀ ਕੀਤਾ ਸਰ ਅੱਜ ਦੁਨੀਆਂ ਦੇ ਵਿੱਚ ਉਦਾਹਰਨ ਹੈ ਮੈਂ ਦੱਸ ਦੇਣਾ ਅੱਜ ਮੁਕੱਦਸ ਹਾਊਸ 'ਚ ਸਰ ਅਸੀਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰ ਦੀ ਅੱਜ ਜੇ ਕਿਸੇ ਵਪਾਰੀ ਨੇ ਆਉਣਾ ਰਾਜਪੁਰੇ ਕੋਲ 40 ਕਿੱਲੇ ਲਵੇ ਨਾ ਉਹ ਖਰੀਦੇ ਨਾ ਹਾਂ ਖਰੀਦਦਾਰ ਨਾਲ ਗੱਲ ਕਰ ਲੈ ਵੇਚਣ ਵਾਲੇ ਨਾਲ ਕਿ ਇਹ ਮੈਂ ਵੇਚਣ ਲੱਗਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਉਹ ਰਜਿਸਟਰੀ ਕਰਾਉਣ ਤੋਂ ਪਹਿਲਾਂ ਸਾਡੇ ਕੋਲ ਆਵੇ ਇਨਵੈਸਟ ਪੰਜਾਬ ਦੇ ਪੋਰਟਲ ਤੇ ਆ ਜੇ ਜਾਂ ਇਨਵੈਸਟ ਪੰਜਾਬ ਦੇ ਦਫ਼ਤਰ 'ਚ ਆ ਜੇ ਮਾਲੀ ਏਅਰਪੋਰਟ ਦੇ ਚੌਂਕ 'ਚ ਹੈ ਸਾਨੂੰ ਦੱਸੇ ਸਾਨੂੰ 14 ਦਿਨ ਚਾਹੀਦੇ ਨੇ ਸਰ ਦੋ ਹਫ਼ਤੇ ਸਾਡੀ CLU ਦੀ ਟੀਮ ਜਾਊਗੀ ਉੱਥੇ ਫੋਰੈਸਟ ਦੀ ਟੀਮ ਜਾਊਗੀ ਪੋਲੂਸ਼ਨ ਦੀ ਟੀਮ ਜਾਊਗੀ ਫਾਇਰ ਦੀ ਟੀਮ ਜਾਊਗੀ 14 ਦਿਨ 'ਚ ਦੱਸ ਦੇਣਗੇ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਤਾਂ 15ਵੇਂ ਦਿਨ ਉਹਨੂੰ ਕਹਾਂਗੇ ਓਕੇ ਜਿਹੜਾ ਤੇਰਾ ਸੈਲਰ ਜਿਹੜਾ ਜ਼ਮੀਨ ਵੇਚਣ ਵਾਲਾ ਉਹਨੂੰ ਲੈ ਕੇ ਆ ਔਰ ਤਹਿਸੀਲਦਾਰ ਵੀ ਕਚਹਿਰੀਆਂ 'ਚ ਨਹੀਂ ਇਨਵੈਸਟ ਪੰਜਾਬ ਦੇ ਦਫ਼ਤਰ 'ਚ ਬਿਠਾਇਆ ਹੋਇਆ ਲੈ ਕੇ ਆ ਪਰ ਹਰੇ ਰੰਗ ਦਾ ਸਟੈਂਪ ਪੇਪਰ ਖਰੀਦਣਾ ਪਊਗਾ ਉਹ ਥੋੜ੍ਹਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉਹ 'ਚ ਪੋਲਿਊਸ਼ਨ ਦੇ ਵੀ ਚਾਰਜਸ ਹੋਣਗੇ ਉਹ 'ਚ ਫੋਰੈਸਟ ਦੇ ਵੀ ਹੋਣਗੇ ਉਹਦੇ ਵਿੱਚ CLU ਦੇ ਵੀ ਹੋਣਗੇ ਉਹਦੇ ਵਿੱਚ ਸਾਰੇ ਚਾਰਜਸ ਹੋਣਗੇ ਜਿੱਦੇ ਉਹ ਰਜਿਸਟਰੀ ਹੋ ਗਈ ਸਪੀਕਰ ਸਾਹਿਬ ਅਗਲੇ ਦਿਨ ਉਹ ਆਪਣੀ ਭੂਮੀ ਪੂਜਨ ਕਰਾ ਕੇ ਆਪਣੀ ਫੈਕਟਰੀ ਦਾ ਉਦਘਾਟਨ ਕੰਮ ਕਰ ਸਕਦੇ ਅਸੀਂ 24 ਘੰਟੇ ਵੀ ਈਵਨ 24 ਘੰਟੇ ਵੀ ਅਸੀਂ ਵਪਾਰੀ ਦਾ ਪੈਸਾ ਸਟੱਕ ਨਹੀਂ ਰੱਖਣਾ ਚਾਹੁੰਦੇ ਇਹ ਹੈਗਾ ਗ੍ਰੀਨ ਪੇਪਰ ਜਿਹਦੇ 'ਚ 157 ਤੋਂ ਜ਼ਿਆਦਾ ਸਾਡੇ ਕੋਲ ਆ ਚੁੱਕੇ ਨੇ ਦੂਜਾ ਹੈਗਾ ਰੈੱਡ ਪੇਪਰ ਸਰ ਸਟੈਂਪ ਪੇਪਰ ਰੈੱਡ ਹੈ ਕਲੋਨੀਆਂ ਵਾਸਤੇ ਜਿਹਦੀ ਆਪਣੀ ਡਿਬੇਟ ਚੱਲ ਰਹੀ ਹੈ ਜੇ ਕਲੋਨੀ ਕੱਟਣੀ ਹੈ ਤਾਂ ਰੈੱਡ ਖਰੀਦਣਾ ਪਊਗਾ ਔਰ ਪਹਿਲਾਂ ਦੱਸਣਾ ਪਊਗਾ ਕਿ ਇੱਥੇ ਕਲੋਨੀ ਕੱਟਣੀ ਹੈ ਅਸੀਂ ਦੱਸਾਂਗੇ ਫਿਰ ਕਿ ਇੱਥੇ ਬਿਜਲੀ ਦਾ ਮੀਟਰ ਲੱਗ ਸਕਦਾ ਇੱਥੇ ਕਲੋਨੀ ਬਣ ਸਕਦੀ ਹੈ ਇੱਥੇ ਰਿਹਾਇਸ਼ੀ ਇਲਾਕਾ ਹੈ ਇਹ ਇੱਥੇ ਸੀਵਰੇਜ ਪੈ ਸਕਦਾ ਸਾਰਾ ਕੁਛ ਫਿਰ ਅਸੀਂ ਉਹਨੂੰ ਕਹਾਂਗੇ ਆ ਜਾ ਰੈੱਡ ਖਰੀਦ ਰੈੱਡ ਦੇ ਵਿੱਚ ਸਾਰਾ ਕੁਛ ਇਨਕਲੂਡਡ ਹੋਊਗਾ ਸਰ ਬਿਜਲੀ ਪਾਣੀ ਸੀਵਰੇਜ ਇਹ ਉੱਤੋਂ
ਜਿਹੜਾ ਜੋ ਵੀ ਸਰਕਾਰੀ ਸੁਵਿਧਾਵਾਂ ਇੱਕ ਅਪਰੂਵਡ ਕਲੋਨੀ ਨੂੰ ਮਿਲਦੀਆਂ ਨੇ ਉਹ ਮਿਲੂਗਾ ਕੱਲ ਨੂੰ, 6 ਮਹੀਨਿਆਂ ਬਾਅਦ, 2 ਸਾਲਾਂ ਬਾਅਦ ਕੋਈ ਬਾਬੂ ਜਾਵੇ ਕਿਸੇ ਫੈਕਟਰੀ ਚ, ਹਾਂਜੀ ਕਾਗਜ਼ ਦਿਖਾ, ਉਹ ਕਾਗਜ਼ ਦਿਖਾਏ, ਜੇ ਗ੍ਰੀਨ ਹੈ ਨਾ ਸਟੈਂਪ ਪੇਪਰ ਤਾਂ ਬਾਬੂ ਸਮਝ ਜੂਗਾ ਆਲ ਇਜ਼ ਵੈਲ, ਸਾਰਾ ਕੁਛ ਪੇਡ ਹੈ। ਜੇ ਇਹ ਨਹੀਂ ਕਰ ਸਕਦਾ ਹੁਣ ਕੋਈ ਕਿ ਰੈੱਡ ਦੇ ਖਰੀਦ ਲਿਆ, ਰੈੱਡ ਸਟੈਂਪ ਪੇਪਰ ਖਰੀਦ ਕੇ ਕਲੋਨੀ ਕੱਟ ਲਈ ਪਰ ਪਲਾਟ ਨਹੀਂ ਵਿਕੇ 60%, ਜਿਵੇਂ ਅਮਨ ਕਹਿ ਰਿਹਾ ਸੀਗਾ ਕਿ 60% ਪਲਾਟ ਨਹੀਂ ਵਿਕੇ, ਬਾਕੀ 40% ਫੈਕਟਰੀ ਲਾ ਦਿਓ। ਨੋ 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 ਨੋ, ਜੇ ਉਹਨੇ ਇੱਦਾਂ ਕੀਤਾ ਜਦੋਂ ਕੋਈ ਅਸੀਂ ਚੈੱਕ ਕਰਾਂਗੇ ਤਾਂ ਕਹਾਂਗੇ ਕਿ ਤੂੰ ਫੈਕਟਰੀ ਜਿਹੜੀ ਹੈ ਉਹ ਗ੍ਰੀਨ ਚਲਾਈ ਬੈਠਾ ਹੈ, ਤੈਨੂੰ ਇਹਦੇ ਵਾਸਤੇ ਗ੍ਰੀਨ ਲੈਣਾ ਪੈਣਾ ਸੀ ਪਰ ਤੂੰ ਰੈੱਡ ਦਾ ਜਿਹੜਾ ਪਰਮਿਸ਼ਨ ਲਈ ਸੀ, ਤੂੰ ਇਸ ਕਲੋਨੀ ਦੇ ਵਿੱਚ ਫੈਕਟਰੀ ਨਹੀਂ ਲੈ ਸਕਦਾ। ਸੀ ਇਹਦੇ ਨਾਲ ਸਰ ਸਾਰਾ ਕੁਝ ਹੀ ਖਤਮ ਹੋ ਜਾਊਗਾ। ਇਲੀਗਲ ਕਲੋਨੀ, ਇਲੀਗਲ ਕਲੋਨੀਆਂ ਕਟਾਉਣ ਦਾ ਕੌਣ ਹੈ ਜਨਾਬ? ਸਾਰੀਆਂ ਤਾਂ ਵੱਡੇ ਵੱਡੇ ਇਹਨਾਂ ਦੇ ਨਾਮ ਨੇ, ਹੋਰ ਕੌਣ ਹੈ ਜੀ ਕਲੋਨਾਈਜ਼ਰ? ਕੌਣ ਹੈ? ਆਮ ਬਣ ਜੂਗਾ ਬੰਦਾ ਕੋਈ ਕਲੋਨਾਈਜ਼ਰ? ਬੰਦੇ ਕੋਲ 94% ਕੋਲ ਤਾਂ 4 ਕਿੱਲੇ ਜ਼ਮੀਨ ਹੈ ਸਰ, ਕੌਣ ਕੱਟੂਗਾ ਕਲੋਨੀਆਂ? ਕਲੋਨੀਆਂ ਕੱਟਦੇ ਆ ਜਿਹੜੇ ਤਲਵੇ ਚੱਟਦੇ ਆ, ਬਸ ਮੈਂ ਇੰਨਾ ਹੀ ਕਹੂੰਗਾ। ਸੋ ਇਸ ਕਰਕੇ ਇਹ ਨਾ ਕਰੋ ਕਿ ਹਾਂ ਮੈਂ ਪੋਜ਼ਿਟਿਵ ਵੀ ਨੇ, ਬੜੀਆਂ ਸਾਫ ਸੁਥਰੀਆਂ ਕਲੋਨੀਆਂ ਕੱਟੀਆਂ ਨੇ, ਮੈਂ ਉਹਨਾਂ 'ਚ ਮੈਂ ਨਾਮ ਲੈਣਾ ਚਾਹੁੰਦਾ, ਬੈਠੇ ਨੇ ਅਯਾਲੀ ਸਰ, ਅਯਾਲੀ ਸਰ ਤੁਹਾਡਾ ਜਿਹੜਾ ਸਾਊਥ ਸਿਟੀ ਹੈ 1 ਰੁਪਈਏ ਦਾ ਵੀ ਘਪਲਾ ਨਹੀਂ ਹੈਗਾ ਉਹ 'ਚ, ਮੈਂ ਸਾਰਾ ਚੈੱਕ ਕਰਾ ਲਿਆ ਕਿ ਕੋਈ ਕਿਸੇ ਇੱਧਰਲੇ ਪਾਸਿਓਂ ਉੱਧਰਲੇ ਪਾਸਿਓਂ ਕੋਈ ਕਮੀ ਹੋਵੇ, ਨਾ ਕੋਈ ਕਮੀ ਨਹੀਂ, ਮੈਂ ਹਾਊਸ 'ਚ ਬੋਲਣਾ ਚਾਹੁੰਦਾ। ਤੁਸੀਂ ਪੱਕੇ ਦਾ ਕੰਮ ਕਰਦੇ ਹੋ, ਸਾਰਾ ਪੱਕੇ 'ਚ ਚੱਲਦਾ, ਹੁਣ ਜੇ ਇੱਧਰਲੇ ਪਾਸੇ ਦੇਖੀਏ ਤਾਂ ਹੈ ਨਹੀਂ ਨਾ, ਠੀਕ ਕੀ ਕਰੀਏ। ਸੋ ਇਸ ਕਰਕੇ ਕਹਿਣਾ ਕਿ ਫਰਕ ਹੈ, ਬਹੁਤ ਫਰਕ ਹੈ ਜ਼ਮਾਨੇ ਮੇਂ ਔਰ ਨਿਭਾਨੇ ਮੇਂ, ਫਰਕ ਹੈ ਗੱਲ। ਚਲੋ ਸ਼ੁਕਰ ਹੈ ਤੇਰਾ ਤਰਕ ਹੈ ਗੱਲ ਤਾਂ ਚੱਲਦਾ ਸਰ, ਕੋਈ ਗੱਲ ਨਹੀਂ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਇਹ ਜਿਹੜਾ ਬਿੱਲ ਹੈ ਨਾ ਇਹਦਾ ਨਾਮ ਹੈ NOC, ਹਾਂ ਬਿੱਲ ਦਾ ਨਾਮ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024। ਸਰ ਜਦੋਂ ਇਹ ਤੁਸੀਂ ਹੁਣੇ ਪਾਸ ਕਰਵਾਓਗੇ, ਜਦੋਂ ਇਹ ਪਾਸ ਹੋ ਗਿਆ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਨੂੰ ਲੱਗਣਗੀਆਂ, ਕਿਉਂਕਿ ਉਹਨਾਂ ਨੇ ਸਰ ਆਪਣੇ ਪੈਸੇ ਜ਼ਿੰਦਗੀ ਦੇ ਜਿੰਨੇ ਕਮਾਏ ਸੀਗੇ ਉੱਥੇ ਲਾ ਬੈਠੇ, ਭੋਲੇਪਣ 'ਚ ਲਾ ਬੈਠੇ, ਜਾਂ ਤਾਂ ਭੋਲੇਪਣ 'ਚ ਲਾ ਬੈਠੇ ਜਾਂ ਫਿਰ ਕਿਵੇਂ ਵੀ ਕਿਸੇ ਦੋਸਤ ਮਿੱਤਰ ਦੇ ਕਹਿਣ 'ਤੇ ਲਾ ਬੈਠੇ, ਕਿਸੇ ਕਈ ਵਾਰੀ ਆਪਣੇ ਰਿਸ਼ਤੇਦਾਰੀਆਂ ਦੇ ਕਹਿਣ 'ਤੇ ਲਾ ਦਿੰਦੇ ਹਾਂ, ਬਾਅਦ 'ਚ ਪਤਾ ਲੱਗਿਆ ਵੀ ਆਹ ਤਾਂ ਗੱਲ ਗਲਤ ਨਿਕਲ ਗਈ। ਸੋ ਸਰ ਕੋਈ ਗੱਲ ਨਹੀਂ, ਜੇ ਉਹਨਾਂ ਨਾਲ ਇੱਦਾਂ ਹੋ ਗਿਆ ਕੋਈ ਗੱਲ ਨਹੀਂ, ਪੰਜਾਬ 'ਚ ਇਹ ਮੈਂ ਗੱਲ ਬੜੇ ਮਾਣ ਅਤੇ ਸਤਿਕਾਰ ਨਾਲ ਕਹਿਣਾ ਸਰ ਕਿ ਪੰਜਾਬ ਦੇ ਵਿੱਚ ਕੋਈ ਵੀ ਘਰ ਐਸਾ ਨਹੀਂ ਹੋਊਗਾ ਜਿਹੜੇ ਘਰ 'ਚ ਬਿਜਲੀ ਦਾ ਮੀਟਰ ਨਾ ਹੋਵੇ, ਬਿਜਲੀ ਨਾ ਹੋਵੇ, ਉਸ ਘਰ 'ਚ ਸਰਕਾਰੀ ਸੀਵਰੇਜ ਜਾਂ ਫਿਰ ਉਸ ਘਰ ਨੂੰ ਕੋਈ ਸਰਕਾਰੀ ਸੁਵਿਧਾ ਨਾ ਹੋਵੇ, ਇੱਦਾਂ ਹੋ ਨਹੀਂ ਸਕਦਾ ਸਰ। ਛੋਟਾ ਜਿਹਾ ਪੰਜਾਬ ਹੈ ਸਰ, 3.5 ਕਰੋੜ ਬੰਦੇ ਹਾਂ, 3.5 ਕਰੋੜ ਬੰਦਿਆਂ ਨੂੰ ਸਾਂਭਲਾਂਗੇ, ਜੇ ਪਹਿਲੇ ਵਾਲਿਆਂ ਤੋਂ ਗਲਤੀਆਂ ਹੋ ਗਈਆਂ ਫਿਰ ਕੀ ਹੋ ਗਿਆ? ਹੋ ਗਈਆਂ ਹੋਣਗੀਆਂ, ਉਹਨਾਂ ਫਿਰ ਲੋਕਾਂ ਨੇ ਸਜ਼ਾ ਵੀ ਦਿੱਤੀ ਉਹਨਾਂ ਨੂੰ,
ਫਿਰ ਲੋਕਾਂ ਨੇ ਦੋ ਤੇ ਕੋਈ ਤਿੰਨ ਤੇ ਕੋਈ 12 ਤੇ ਅੱਜ ਇਹ 10 ਹੀ ਨੇ ਲੱਗਦਾ ਇੱਥੇ ਗਿਣ ਲਓ 10 ਹੀ ਨੇ ਹਨਾ ਹੈ ਪੂਰੇ ਨਹੀਂ ਹੋ ਸਕਦੇ ਸੋ ਇਹ ਲੋਕਾਂ ਨੇ ਸਜ਼ਾ ਦਿੱਤੀ ਹੈ ਮੈਂ ਦਿੱਤੀ ਮੇਰਾ ਨਾਂ ਕਿਉਂ ਲਾਈ ਜਾਂਦੇ ਮੈਂ ਦਿੱਤੀ ਹੈ ਸਜ਼ਾ ਇਹ ਲੋਕਾਂ ਨੇ ਦਿੱਤੀ ਹੈ ਉਹ ਕੋਈ ਤਿੰਨ ਸੀ ਇੱਕ ਰਹਿ ਗਿਆ ਹੁਣ ਉਹ ਫਿਰਦੇ ਨੇ ਉੱਥੇ ਉਹ ਗੱਲ ਹੋ ਗਈ ਪਤਾ ਹੈ ਨਹੀਂ ਕਿ ਗਲਤੀਆਂ ਕੀ ਨੇ ਪੱਤਰਕਾਰ ਪੁੱਛਦੇ ਕੀ ਕਰਨਾ ਉਹ ਕਹਿੰਦੇ ਮਾਫ਼ੀ ਮੰਗਣਾ ਹੈ ਕਾਹਦੀ ਗਲਤੀਆਂ ਦੀ ਕਿਹੜੀਆਂ ਪਤਾ ਨਹੀਂ ਫਿਰ ਆਏ ਕੀ ਕਰਨ ਮਾਫ਼ੀ ਮੰਗਣਾ ਹੈ ਕਾਹਦੀ ਗਲਤੀਆਂ ਦੀ ਜੀ ਉਹ ਇੱਕ ਬੰਦੇ ਤੋਂ ਕਤਲ ਹੋ ਗਿਆ ਉਹ ਬੰਦਾ ਪੁਲਿਸ ਨੂੰ ਕਹਿੰਦਾ ਉਹ ਕਹਿੰਦੇ ਕੀ ਹੋ ਗਿਆ ਕਹਿੰਦਾ ਮੈਂ ਕਤਲ ਹੋ ਗਿਆ ਕਹਿੰਦਾ ਕਤਲ ਕਿਹਨੇ ਕੀਤਾ ਕਹਿੰਦਾ ਮੈਂ ਕੀਤਾ ਕਹਿੰਦਾ ਲਾਸ਼ ਕਿੱਥੇ ਹੈ ਕਹਿੰਦਾ ਮੈਂ ਅੱਗ ਲਾ ਕੇ ਸਾੜਤੀ ਕਹਿੰਦਾ ਜਿੱਥੇ ਸਾੜੀ ਸੀ ਜਗ੍ਹਾ ਦਿਖਾ ਕਹਿੰਦਾ ਮੈਂ ਟਰੈਕਟਰ ਨਾਲ ਤਵੀਆਂ ਨਾਲ ਵਾਹਤੀ ਜਗ੍ਹਾ ਕਹਿੰਦਾ ਚੱਲ ਬਾਈ ਹੋਈ ਜਗ੍ਹਾ ਦਿਖਾ ਕਹਿੰਦਾ ਜੀ ਉੱਤੇ ਮੈਂ ਇੱਟਾਂ ਰੱਖਤੀਆਂ ਸੀ ਕਹਿੰਦਾ ਚੱਲ ਇੱਟਾਂ ਦਿਖਾ ਕਹਿੰਦੀ ਉਹਦੇ ਉੱਤੇ ਮੈਂ ਇੱਟਾਂ ਨਾਲ ਨਾ ਚੁਬਾਰਾ ਜਿਹਾ ਪਾਤਾ ਸੀ ਛੱਤ ਪਾਤੀ ਸੀ ਕਹਿੰਦਾ ਚੱਲ ਛੱਤ ਦਿਖਾ ਉਹ ਕਹਿੰਦਾ ਜੀ ਪਿੱਛੇ ਜਿਹੜਾ ਭੂਚਾਲ ਆਇਆ ਸੀ ਉਹ 'ਚ ਛੱਤ ਢਹਿ ਗਈ ਸੀ ਉਹ ਕਹਿੰਦਾ ਚੱਲ ਮਲਬਾ ਦਿਖਾ ਕਹਿੰਦਾ ਮਲਬਾ ਗਵਾਂਢੀਆਂ ਨੂੰ ਵੇਚਤਾ ਸੀ ਸਰ ਉਹ ਕਹਿੰਦਾ ਚੱਲ ਗਵਾਂਢੀ ਨੂੰ ਮਿਲਾ ਕਹਿੰਦੇ ਜੀ ਉਹਦਾ ਕਤਲ ਹੋ ਗਿਆ ਸੀ ਕਹਿੰਦਾ ਕਿਹਨੇ ਕੀਤਾ ਸੀ ਕਹਿੰਦਾ ਮੈਂ ਕੀਤਾ ਸੀ ਉਹ ਕਹਿੰਦਾ ਫੇਰ ਇੱਥੇ ਆ ਗਿਆ ਯਾਰ ਤੂੰ ਸੋ ਉਹੀ ਹਾਲਤ ਇਹਨਾਂ ਦੀ ਹੈ ਜੀ ਗਲਤੀਆਂ ਪਤਾ ਨਹੀਂ ਕੀ ਕਰ ਲਈਆਂ ਮਾਫੀਆਂ ਮੰਗਣ ਤੁਰੇ ਫਿਰਦੇ ਨੇ ਜਨਤਾ ਮਾਫ਼ ਕਰ ਦੂਗੀ ਜੀ ਕਿਤੇ ਕੁਦਰਤੀ ਐਂ ਕਰਾ ਲਓਗੇ ਮਾਫੀਆਂ ਇਹ ਨਹੀਂ ਮਾਫੀਆਂ ਮਾਫੀਆਂ ਜਿਹੜੀਆਂ ਨੇ ਉਹ ਗਲਤੀਆਂ ਦੀਆਂ ਹੁੰਦੀਆਂ ਨੇ ਮਾਫੀਆਂ ਗੁਨਾਹਾਂ ਦੀਆਂ ਨਹੀਂ ਹੁੰਦੀਆਂ ਵੈਰੀ ਵੈਰੀ ਸੋਰੀ ਟੂ ਸੇ ਦੈਟ ਸੋ ਇਸ ਕਰਕੇ ਪਰਮਾਤਮਾ ਉਹ ਤੋਂ ਡਰੀਏ ਤੇ ਮੈਂ ਇਹੀ ਉਮੀਦ ਕਰਦਾ ਕਿ ਸਰ ਸਰਬਸੰਮਤੀ ਨਾਲ ਇਹ ਬਿੱਲ ਪਾਸ ਕਰੋ ਕਰੋੜਾਂ ਲੋਕਾਂ ਦੇ ਦੁਆਵਾਂ ਲਓ ਸਰ ਸਪੀਕਰ ਸਾਹਿਬ ਥੈਂਕ ਯੂ ਪ੍ਰਸ਼ਨ ਹੈ ਕਿ ਪੰਜਾਬ ਅਪਾਰਟਮੈਂਟ ਅਤੇ ਪ੍ਰੋਪਰਟੀ ਰੈਗੂਲੇਸ਼ਨ ਸੋਧਨਾ ਬਿੱਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਉਹਨੂੰ ਹਾਂ ਕਹਿਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਹਾਂਜੀ ਸਰਬਸੰਮਤੀ ਹੈ ਜੀ ਸਰਬਸੰਮਤੀ ਹੈ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ